ਮੁੰਡੇ ਕੁੜੀਆਂ ਦੇ ਨਾਲ ਪਿਆਰ ਕਰਨ ਦਾ ਦਾਵਾ ਅਤੇ ਵਾਅਦਾ ਤਾਂ ਕਰ ਲੈਂਦੇ ਨੇ, ਪਰ ਅਸਲ ਦੇ ਵਿੱਚੋਂ ਨਹੀਂ ਜਾਣਦੇ ਕਿ ਪਿਆਰ ਕਿਸ ਨੂੰ ਆਖਦੇ ਨੇ। ਇੱਕ ਅਜਿਹੀ ਹੋਰ ਦੁਖਦ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦੀ ਜਾਨ ਲਈ ਗਈ ਹੈ। ਸਰੇਆਮ ਉਸਦੇ ਘਰ ਦੇ ਅੰਦਰ ਵੜ ਕੇ ਉਸਦਾ ਗਲਾ ਵੜ ਦਿੱਤਾ ਗਿਆ ਅਤੇ ਤੜਫਾ ਤੜਫਾ ਕੇ ਕੁੜੀ ਦੀ ਜਾਨ ਚਲੀ ਗਈ। ਦੱਸ ਦਈਏ ਕਿ ਇਹ ਦੁਖਦ ਖਬਰ ਮੋਹਾਲੀ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੀ ਜਾਣ ਲਈ ਅਤੇ ਇਸ ਤੋਂ ਬਾਅਦ ਉਹ ਆਪਣੇ ਪ੍ਰੇਮਿਕਾ ਦੇ ਘਰ ਦੇ ਵਿੱਚ ਹੀ ਖੜ੍ਹੀ ਕਾਰ ਨੂੰ ਲੈ ਕੇ ਭੱਜ ਗਿਆ। ਇਸੇ ਦੌਰਾਨ ਹੀ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੇ ਕੋਲ ਜਦੋਂ ਉਹ ਪਹੁੰਚਿਆ ਤਾਂ ਉਸ ਦੇ ਨਾਲ ਵੀ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ। ਉਹ ਭੱਜਣ ਦੀ ਫਿਰਾਕ ਦੇ ਵਿੱਚ ਸੀ ਪਰ ਕਿਸ ਤਰ੍ਹਾਂ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਫਸ ਗਿਆ, ਆਓ ਦੇਖਦੇ ਹਾਂ। ਇਸ ਦਾ ਪਤਾ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਸਮੇਂ ਲੱਗਿਆ ਜਦੋਂ ਹਾਦਸੇ ਦੀ ਸੂਚਨਾ ਮਿਲਣ ਤੇ ਹਰਿਆਣਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰ ਦੇ ਵਿੱਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਤੇ ਪਰਿਵਾਰ ਨੂੰ ਬੁਲਾਇਆ ਗਿਆ। ਪਰਿਵਾਰ ਵਾਲੇ ਘਰ ਦੇ ਵਿੱਚ ਗਏ ਤਾਂ ਉਹਨਾਂ ਨੇ ਉੱਥੇ ਆਪਣੀ ਧੀ ਦੀ ਮ੍ਰਿਤਕ ਦੇਹ ਪਈ ਦੇਖੀ। ਘਟਨਾ ਸਮੇਂ ਕੁੜੀ ਘਰ ਦੇ ਵਿੱਚ ਇਕੱਲੀ ਦੱਸੀ ਜਾ ਰਹੀ ਹੈ। ਉਸ ਦੀ ਪਛਾਣ 27 ਸਾਲਾ ਏਕਤਾ ਦੇ ਵਜੋਂ ਕੀਤੀ ਗਈ ਹੈ ਅਤੇ ਉਹ ਅਮਰੀਕਾ ਸਥਿਤ ਇੱਕ ਵੱਡੀ ਕੰਪਨੀ ਦੇ ਵਿੱਚ ਜਨਰਲ ਮੈਨੇਜਰ ਸੀ। ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਰੋਹਿਤ ਦੀ ਸ਼ਿਕਾਇਤ ਤੇ ਅੰਸ਼ ਕੁਰੇਸ਼ੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ, ਜੋ ਕਿ ਇਸ ਕੁੜੀ ਦਾ ਜਾਣਕਾਰ ਸੀ, ਉਸਦਾ ਪ੍ਰੇਮੀ ਸੀ। ਉਹ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਆਪਣਾ ਢਾਬਾ ਚਲਾਉਂਦਾ। ਢਾਬਾ ਮਾਲਕ ਦੇ ਵੱਲੋਂ ਹੀ ਆਪਣੀ ਸਹੇਲੀ ਦੀ ਜਾਨ ਲਈ ਗਈ ਹੈ। ਦੱਸ ਦਈਏ ਕਿ ਦੋਵੇਂ ਜਾਣੇ ਬੀਤੇ ਕਰੀਬ 4 ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ। ਸੂਤਰਾਂ ਮੁਤਾਬਕ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਅਤੇ ਇਸ ਤੋਂ ਬਾਅਦ ਹੀ ਮੁਲਜ਼ਮ ਨੇ ਉਸਦੀ ਗਰਦਨ ਦੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਦੇ ਨਾਲ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ। ਏਕਤਾ ਆਪਣੇ ਛੋਟੇ ਭਰਾ ਰੋਹਿਤ ਭਰਜਾਈ ਅਤੇ ਮਾਂ ਦੇ ਨਾਲ 125 ਸਨੀ ਐਨਕਲੇਵ ਦੇ ਏਕਤਾ ਵਿਹਾਰ ਦੇ ਵਿੱਚ ਕਿਰਾਏ 'ਤੇ ਰਹਿ ਰਹੀ ਸੀ। ਪਹਿਲਾਂ ਉਹ ਖਰੜ ਦੇ ਸਵਰਾਜ ਨਗਰ ਦੇ ਵਿੱਚ ਰਹਿੰਦੀ ਸੀ। ਕਰੀਬ ਕੁਛ ਮਹੀਨੇ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਮਕਾਨ ਵੇਚ ਦਿੱਤਾ ਅਤੇ ਇਸ ਤੋਂ ਬਾਅਦ ਉਹ ਇੱਥੇ ਸ਼ਿਫਟ ਹੋ ਗਏ। ਸਾਲ 2020 ਦੇ ਵਿੱਚ ਉਸਦੇ ਪਿਤਾ ਦੀ ਜਾਨ ਗਈ, ਜਦੋਂ ਕਿ ਉਸਦਾ ਵੱਡਾ ਭਰਾ ਸੁਖਚੈਨ ਸਿੰਘ ਮਨੀਮਾਜਰਾ ਵਿਖੇ ਰਹਿੰਦਾ। ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਛੋਟੇ ਭਰਾ ਦੇ ਸਹੁਰੇ ਘਰ ਮੋਹਾਲੀ ਏਅਰਪੋਰਟ ਨੇੜੇ ਸਥਿਤ ਪਿੰਡ ਚੋਰਹੇੜੀ ਦੇ ਵਿੱਚ ਜਾਗਰਣ ਸੀ ਅਤੇ ਸਾਰਾ ਪਰਿਵਾਰ ਉੱਥੇ ਹੀ ਗਿਆ ਹੋਇਆ ਸੀ। ਏਕਤਾ ਦਫ਼ਤਰ ਗਈ ਸੀ ਅਤੇ ਦੇਰ ਰਾਤ ਦੀ ਸ਼ਿਫਟ ਖਤਮ ਕਰਨ ਤੋਂ ਬਾਅਦ ਉਹ ਸਿੱਧਾ ਘਰ ਚਲੀ ਗਈ। ਘਰ ਪਹੁੰਚ ਕੇ ਪਰਿਵਾਰ ਨੂੰ ਫੋਨ ਕੀਤਾ। ਸੁਖਚੈਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸਨੂੰ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਦੱਸਿਆ ਕਿ ਸ਼ਾਹਬਾਦ ਮਾਰਕੰਡਾ ਤੋਂ ਅਸੀਂ ਫੋਨ ਕਰ ਰਹੇ ਹਾਂ। ਉਹਨਾਂ ਕਿਹਾ ਕਿ ਤੁਹਾਡੀ ਕਾਰ ਹਾਦਸਾ ਗ੍ਰਸਤ ਹੋ ਗਈ ਹੈ। ਅਜਿਹੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਲੜਕੀ ਕਾਰ ਚਲਾ ਰਹੀ ਹੈ ਤਾਂ ਉਹਨਾਂ ਕਿਹਾ ਕਿ ਨਹੀਂ, ਕਾਰ ਇੱਕ ਲੜਕਾ ਚਲਾ ਰਿਹਾ ਜੋ ਕਿ ਇਸ ਸਮੇਂ ਬੇਹੋਸ਼ ਪਿਆ। ਪਰ ਫਿਰ ਲੜਕੇ ਦੀ ਜੇਬ ਦੇ ਵਿੱਚੋਂ ਮਿਲੇ ਪਛਾਣ ਪੱਤਰ ਤੋਂ ਉਸਦਾ ਨਾਮ ਪਤਾ ਲੱਗ ਪਿਆ। ਖਰੜ ਦੇ DSP ਕਰਨ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਹੀ ਮੁਲਜ਼ਮਾਂ ਦੇ ਖਿਲਾਫ਼ ਇਹ ਪੂਰਾ ਮਾਮਲਾ ਦਰਜ ਹੋਇਆ ਅਤੇ ਉਸਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਾਰੀਆਂ ਗੱਲਾਂ ਤੋਂ ਸਪਸ਼ਟ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਦੋਵੇਂ ਇੱਕ ਦੂਜੇ ਦੇ ਪੁਰਾਣੇ ਜਾਣਕਾਰ ਸਨ। ਮੁਲਜ਼ਮਾਂ ਦੇ ਵੱਲੋਂ ਆਖਿਰਕਾਰ ਇਸ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਗਿਆ, ਇਹ ਪਤਾ ਕਰਨਾ ਬਾਕੀ ਹੈ। ਪਰ ਇਹ ਬਿਲਕੁਲ ਸਾਫ਼ ਹੋ ਚੁੱਕਿਆ ਕਿ ਦੋਵੇਂ ਆਪਸ ਦੇ ਵਿੱਚ ਪਿਆਰ ਕਰਦੇ ਸਨ, ਪ੍ਰੇਮੀ ਸਨ। ਝਗੜਾ ਹੋਣ ਤੋਂ ਬਾਅਦ ਹੀ ਢਾਬੇ ਦੇ ਮਾਲਕ ਇਸ ਮੁੰਡੇ ਨੇ ਆਪਣੀ ਸਹੇਲੀ ਦੀ ਜਾਨ ਲੈ ਲਈ। ਇੱਕ ਲੜਕੀ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਜਾਂਦਾ, ਕੀ ਜਾਣਕਾਰੀ ਦੇਣਾ ਚਾਹੁੰਦੇ?
ਅੱਜ ਹੀ ਸਾਨੂੰ ਇੱਕ ਇੰਸੀਡੈਂਟ ਰਿਪੋਰਟ ਹੋਇਆ ਚੌਂਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇ ਏਰੀਏ 'ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਆ, ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ। ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕਾ ਤੋਂ ਜੋ ਮੁੱਢਲੀ ਤਫਤੀਸ਼ ਕਰਕੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਇਡੈਂਟੀਫਾਈ ਕਰਕੇ ਅਤੇ ਉਹਨੂੰ ਵੀ ਟਰੇਸ ਕਰ ਲਿਆ ਗਿਆ। ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ 'ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ 'ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਅਤੇ ਜੋ ਪੀੜਿਤ ਨੇ ਇਹ ਦੋਨੋਂ ਇੱਕ ਦੂਜੇ 'ਤੇ ਨੋਨ ਸੀਗੇ ਅਤੇ ਸਹਿਮਤੀ ਨਾਲ ਹੀ ਘਰ ਦੇ ਅੰਦਰ ਗਏ ਆ। ਕੋਈ ਫੋਰਸੀਬਲ ਐਂਟਰੀ ਨਹੀਂ ਹੈਗੀ, ਕੋਈ ਬੋਡੀ 'ਤੇ ਸਟਰਗਲ ਮਾਰਕਸ ਵਗੈਰਾ ਨਹੀਂ ਹੈਗੇ, ਤਾਂ ਮਤਲਬ ਉਹ ਚੀਜ਼ ਕੋਈ ਫੋਰਸੀਬਲੀ ਕੋਈ ਅਜਿਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ। ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ, ਉਹ ਵੀ ਅਜੇ ਹੋਸਪਿਟਲ 'ਚ ਹੈਗਾ। ਜਦੋਂ ਉਹ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ। ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ, ਲੜਕੀ ਜਿਹੜੀ ਮ੍ਰਿਤਕ ਹੈਗੀ ਆ, ਇੱਕ ਤਾਂ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸ ਕੁਰੇਸ਼ੀ ਜਿਹੜਾ ਹੈ। ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਅਤੇ ਹੁਣ ਇਹ ਚੰਡੀਗੜ੍ਹ ਰਹਿੰਦਾ। ਹਾਂਜੀ, ਕੁੜੀ ਦੀ ਫੈਮਿਲੀ ਦੀ ਕਾਰ ਸੀਗੀ ਜੀ ਅਤੇ ਉਹ ਲੈ ਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋਇਆ। ਸਰ ਕਿੱਥੇ ਹੋਇਆ ਐਕਸੀਡੈਂਟ ਇਹਨਾਂ ਦਾ ਜੀ? ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਬਾਦ ਮਾਰਕੰਡਾ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਅਤੇ ਹੁਣ ਦਾਖਲ ਕਿੱਥੇ ਜੇ ਰਿਹਾ ਇਲਾਜ ਜੀ? ਉੱਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਰ ਇਹ ਕਿੰਨੇ ਕੁ ਵਜੇ ਘਰ ਆਇਆ, ਕਿੰਨੇ ਕੁ ਵਜੇ ਦਾ ਇਹ ਵਾਕਿਆ ਜਦੋਂ ਉਹਨੇ ਮਰਡਰ ਕੀਤਾ ਜੀ? ਐਗਜੈਕਟ ਡਿਟੇਲਸ ਤਾਂ ਜੀ ਮੌਕੇ ਦੀ ਜਿਹੜਾ ਸੀਸੀਟੀਵੀ ਕੈਮਰਾ ਵਗੈਰਾ ਅਸੀਂ ਚੈੱਕ ਕਰ ਰਹੇ ਹਾਂ, ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇੰਸੀਡੈਂਟ ਹੋਇਆ। ਅਤੇ ਸਰ ਕਿਹਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਹੋਇਆ ਜੀ? ਲੜਕੀ ਦੇ ਬ੍ਰਦਰ ਦੇ ਬਿਆਨਾਂ ਦੇ ਪਰਚਾ। ਕਿਹੜੀ ਧਾਰਾ ਦੇ ਦਿਨ ਪਰਚਾ? ਅੰਡਰ ਸੈਕਸ਼ਨ 302 IPC। ਕੁਛ ਹੋਰ ਪਤਾ ਲੱਗਿਆ ਜੀ ਕਿਉਂ ਉਸਨੇ ਕਤਲ ਕਿਉਂ ਕੀਤਾ ਸੀ ਜੀ ਇਸ ਲੜਕੀ ਦਾ ਜੀ? ਨਹੀਂ ਜੀ, ਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਮੁੰਡਾ ਰਿਕਵਰ ਕਰੂਗਾ ਉਹਦੀ ਕੁਐਸਚਨਿੰਗ ਤੋਂ ਹੀ ਸਾਹਮਣੇ ਆਉਂਦੀ। ਹਾਂਜੀ, ਅੰਡਰ ਆਬਜ਼ਰਵੇਸ਼ਨ ਹੈਗਾ ਹੋਸਪਿਟਲ ਦੇ ਵਿੱਚ ਅਤੇ ਹਜੇ ਅੱਜ ਹੀ ਜਿਵੇਂ ਐਡਮਿਟ ਹੋਇਆ ਤਾਂ ਸ਼ਾਮ ਤੱਕ ਪਤਾ ਲੱਗੇਗਾ ਉਹਦੀ ਕੰਡੀਸ਼ਨ। ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ 'ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ 'ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਅਤੇ ਜੋ ਪੀੜਿਤ ਨੇ ਇਹ ਦੋਨੋਂ ਇੱਕ ਦੂਜੇ 'ਤੇ ਨੋਨ ਸੀਗੇ ਅਤੇ ਸਹਿਮਤੀ ਨਾਲ ਹੀ ਘਰ ਦੇ ਅੰਦਰ ਗਏ ਆ। ਕੋਈ ਫੋਰਸੀਬਲ ਐਂਟਰੀ ਨਹੀਂ ਹੈਗੀ, ਕੋਈ ਬੋਡੀ 'ਤੇ ਸਟਰਗਲ ਮਾਰਕਸ ਵਗੈਰਾ ਨਹੀਂ ਹੈਗੇ, ਤਾਂ ਮਤਲਬ ਉਹ ਚੀਜ਼ ਕੋਈ ਫੋਰਸੀਬਲੀ ਕੋਈ ਅਜਿਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ। ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ, ਉਹ ਵੀ ਅਜੇ ਹੋਸਪਿਟਲ 'ਚ ਹੀ ਹੈਗਾ। ਜਦੋਂ ਉਹ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ। ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ, ਲੜਕੀ ਜਿਹੜੀ ਮ੍ਰਿਤਕ ਹੈਗੀ ਆ, ਇੱਕ ਤਾਂ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸ ਕੁਰੇਸ਼ੀ ਜਿਹੜਾ ਹੈ। ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਅਤੇ ਹੁਣ ਇਹ ਚੰਡੀਗੜ੍ਹ ਰਹਿੰਦਾ। ਮਰਡਰ ਕਰਕੇ ਕੁੜੀ ਦੀ ਗੱਡੀ ਲੈ ਕੇ ਫਰਾਰ ਹੋਇਆ। ਹਾਂਜੀ, ਕੁੜੀ ਦੀ ਫੈਮਿਲੀ ਦੀ ਕਾਰ ਸੀਗੀ ਜੀ ਅਤੇ ਉਹ ਲੈ ਕੇ ਇਹ ਉੱਥੋਂ ਮੌਕੇ ਤੋਂ ਫਰਾਰ ਹੋਇਆ। ਸਰ ਕਿੱਥੇ ਹੋਇਆ ਐਕਸੀਡੈਂਟ ਇਹਨਾਂ ਦਾ ਜੀ? ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਬਾਦ ਮਾਰਕੰਡਾ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਅਤੇ ਹੁਣ ਦਾਖਲ ਕਿੱਥੇ ਜੇ ਰਿਹਾ ਇਲਾਜ ਜੀ? ਉੱਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸਰ ਇਹ ਕਿੰਨੇ ਕੁ ਵਜੇ ਘਰ ਆਇਆ, ਕਿੰਨੇ ਕੁ ਵਜੇ ਦਾ ਇਹ ਵਾਕਿਆ ਜਦੋਂ ਉਹਨੇ ਮਰਡਰ ਕੀਤਾ ਜੀ? ਐਗਜੈਕਟ ਡਿਟੇਲਸ ਤਾਂ ਜੀ ਮੌਕੇ ਦੀ ਜਿਹੜਾ ਸੀਸੀਟੀਵੀ ਕੈਮਰਾ ਵਗੈਰਾ ਅਸੀਂ ਚੈੱਕ ਕਰ ਰਹੇ ਹਾਂ, ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇੰਸੀਡੈਂਟ ਹੋਇਆ। ਅਤੇ ਸਰ ਕਿਹਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਹੋਇਆ ਜੀ? ਲੜਕੀ ਦੇ ਬ੍ਰਦਰ ਦੇ ਬਿਆਨਾਂ 'ਤੇ ਪਰਚਾ। ਕਿਹੜੀ ਧਾਰਾ ਦੇ ਦਿਨ ਪਰਚਾ?
ਅੰਡਰ ਸੈਕਸ਼ਨ 302 IPC।